ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਰਾਣੀ ਐਲਜ਼ਾਬੈਥ 2 ਨੂੰ ਮੰਗ ਕੀਤੀ ਸੀ ਕਿ ਉਹ ਸਤੰਬਰ ਦੇ ਦੂਜੇ ਹਫ਼ਤੇ ਬ੍ਰਿਟੇਨ ਦੀ ਸੰਸਦ ਨੂੰ ਮੁਅੱਤਲ ਕਰ ਦੇਣ ਤਾਂ ਕਿ ਸੰਸਦ ਨੂੰ ਬ੍ਰੈਗਜ਼ਿਟ ਸੌਦੇ ਨੂੰ ਰੋਕਣ ਲਈ ਸੰਸਦ ਮੈਂਬਰਾਂ ਨੂੰ ਕੁਝ ਸਮਾਂ ਹੋਰ ਮਿਲ ਸਕੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਇਸ ਮੰਗ ਨੂੰ ਰਾਣੀ ਐਲਜ਼ਾਬੈਥ ਨੇ ਸਵੀਕਾਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਨੇ ਸੰਸਦ ਮੈਂਬਰਾਂ ਨੂੰ ਆਖਿਆ ਸੀ ਕਿ ਅੱਜ ਸਵੇਰੇ ਮੈਂ ਮਹਾਰਾਣੀ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਮੌਜੂਦਾ ਪਾਰਲੀਮਾਨੀ ਸੈਸ਼ਨ ਨੂੰ 14 ਅਕਤੂਬਰ ਤੱਕ ਟਾਲਣ ਦੀ ਅਪੀਲ ਕੀਤੀ ਹੈ ਅਤੇ ਰਿਪੋਰਟ ਦੇ ਮੁਤਾਬਕ ਜੌਨਸਨ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਮਹੱਤਵਪੂਰਨ ਸੈਸ਼ਨ ਦੌਰਾਨ ਯੂਰਪੀ ਸੰਘ ਬ੍ਰੈਗਜ਼ਿਟ ਅਤੇ ਦੂਜੇ ਮੁਕੱਦਮਿਆਂ ਅਤੇ ਮੁੱਦਿਆਂ 'ਤੇ ਚਰਚਾ ਲਈ ਦੋਹਾਂ ਪੱਖਾਂ ਨੂੰ ਪੂਰਾ ਸਮਾਂ ਮਿਲੇਗਾ।